ਇਹ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸਬਸਕ੍ਰਾਈਬ ਕਰ ਲਵੋ ਅਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਵੀ ਜ਼ਰੂਰ ਦਬਾਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਿਊ ਵੀਡੀਓਜ਼ ਦੀ ਨੋਟੀਫਿਕੇਸ਼ਨਸ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਚਲੋ ਗੱਲ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਬਾਰੇ ਵਿੱਚ ਅਸੀਂ ਬਹੁਤ ਸਾਰੇ ਲੋਕ ਦੇਖੇ ਹਨ ਜੋ ਕਿ ਅੱਜ ਦੇ ਦੌਰ ਵਿੱਚ ਸੋਸ਼ਲ ਮੀਡੀਆ ਦੇ ਜਰੀਏ ਬਹੁਤ ਸਾਰੀਆਂ ਕੰਪਨੀਆਂਸ ਤੋਂ ਆਨਲਾਈਨ ਪ੍ਰੋਡਕਟ ਬਾਈ ਕਰਦੇ ਹਨ ਅਤੇ ਪ੍ਰੋਡਕਟ ਬਾਈ ਕਰਨ ਦਾ ਇਹ ਸੋਰਸ ਲੋਕਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਵੀ ਸਿੱਧ ਹੋਇਆ ਹੈ ਕਿਉਂਕਿ ਲੋਕ ਥੋੜੇ ਘੰਟਿਆਂ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਬਿਨਾਂ ਕਿਸੇ ਦੁਕਾਨ ਤੇ ਗਏ ਬਿਨਾਂ ਆਪਣਾ ਟਾਈਮ ਵੇਸਟ ਕੀਤੇ ਉਸ ਚੀਜ਼ ਨੂੰ ਕੁਝ ਸਮੇਂ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਆਰਡਰ ਕਰਕੇ ਮੰਗਵਾ ਲੈਂਦੇ ਹਨ ਉਸੇ ਤਰ੍ਹਾਂ ਹੀ ਇੱਕ ਆਦਮੀ ਜੋ ਕਿ ਕਲਕੱਤੇ ਦਾ ਰਹਿਣ ਵਾਲਾ ਸੀ ਉਸਨੇ ਕਿਸੇ ਕੰਪਨੀ ਤੋਂ ਆਨਲਾਈਨ ਇੱਕ ਟੀ-ਸ਼ਰਟ ਮੰਗਵਾਈ ਅਤੇ ਉਸਨੇ ਪਹਿਲਾਂ ਵੀ ਆਨਲਾਈਨ ਸੋਰਸ ਦੇ ذریعے ਬਹੁਤ ਸਾਰੀਆਂ ਚੀਜ਼ਾਂ ਆਪਣੀ ਫੈਮਲੀ ਦੇ ਲਈ ਅਤੇ ਆਪਣੇ ਲਈ ਆਨਲਾਈਨ ਆਰਡਰ ਕੀਤੀਆਂ ਸਨ ਉਸਨੇ 1 ਮਾਰਚ ਨੂੰ ਇਹ ਆਰਡਰ ਪਲੇਸ ਕੀਤਾ ਸੀ ਅਤੇ ਉਸਦੇ ਆਰਡਰ ਦੀ ਤਰੀਖ 4 ਤਰੀਕ ਸੀ ਜਦੋਂ ਕਿ ਉਸ ਨੂੰ ਉਹ ਪ੍ਰੋਡਕਟ ਮਿਲਣਾ ਸੀ ਬੜੀ بے ਸਬਰੀ ਦੇ ਨਾਲ ਉਹ ਉਸ ਪ੍ਰੋਡਕਟ ਦੀ ਵੇਟ ਕਰ ਰਿਹਾ ਸੀ ਕਿਉਂਕਿ ਉਸਨੇ ਉਹ ਪ੍ਰੋਡਕਟ ਆਪਣੇ ਕਿਸੇ ਕਰੀਬੀ ਦੋਸਤ ਨੂੰ ਗਿਫਟ ਦੇ ਤੌਰ ਤੇ ਦੇਣਾ ਸੀ ਆਖਿਰ 2-4 ਦਿਨ ਵੇਟ ਕਰਨ ਤੋਂ ਬਾਅਦ ਅਚਾਨਕ ਇੱਕ ਡਿਲੀਵਰੀ ਬੋਏ ਉਹਨਾਂ ਦੇ ਘਰ ਆਇਆ ਅਤੇ ਉਸਨੇ ਉਹ ਆਰਡਰ ਉਹਨਾਂ ਦੇ ਗੇਟ ਦੇ ਮੂਹਰੇ ਰੱਖ ਦਿੱਤਾ ਅਤੇ ਆਪ ਉਸ ਜਗ੍ਹਾ ਤੋਂ ਚਲਾ ਗਿਆ 2-3 ਘੰਟੇ ਬੀਤਣ ਤੋਂ ਬਾਅਦ ਜਦੋਂ ਉਹ ਆਦਮੀ ਬਾਹਰ ਜਾਣ ਦੇ ਲਈ ਉਸਨੇ ਆਪਣੇ ਘਰ ਦਾ ਗੇਟ ਖੋਲ੍ਹਿਆ ਤਾਂ ਅਚਾਨਕ ਉਸ ਨੂੰ ਆਪਣੀ ਡਿਲੀਵਰੀ ਆਪਣੇ ਘਰ ਦੇ ਗੇਟ ਦੇ ਸਾਹਮਣੇ ਪਈ ਨਜ਼ਰ ਆਈ ਜਿਸ ਨੂੰ ਦੇਖ ਕੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋ ਗਿਆ ਉਤਸ਼ਾਹਿਤ ਹੋ ਕੇ ਉਸਨੇ ਉਸ ਡਿਲੀਵਰੀ ਬਾਕਸ ਨੂੰ ਆਪਣੇ ਹੱਥ ਵਿੱਚ ਫੜਿਆ ਅਤੇ ਅੰਦਰ ਲੈ ਗਿਆ ਉਸ ਸਮੇਂ ਉਹ ਆਪਣੇ ਘਰ ਦੇ ਵਿੱਚ ਇਕੱਲਾ ਹੀ ਸੀ ਕੈਂਚੀ ਫੜ ਕੇ ਜਦੋਂ ਉਹ ਉਸ ਬਾਕਸ ਨੂੰ ਖੋਲਣ ਲੱਗ ਪਿਆ ਤਾਂ ਅਚਾਨਕ ਉਸਨੇ ਉਸ ਬਾਕਸ ਦੇ ਅੰਦਰ ਹੱਥ ਪਾਇਆ ਤਾਂ ਉਸ ਨੂੰ ਇੱਕ ਬਹੁਤ ਹੀ ਅਜੀਬ ਜਿਹੀ ਚੀਜ਼ ਮਹਿਸੂਸ ਹੋਈ ਉਸ ਨੂੰ ਮਹਿਸੂਸ ਕਰਦੇ ਅਹੀ ਉਸਨੇ ਆਪਣਾ ਹੱਥ ਇੱਕਦਮ ਖਿੱਚ ਲਿਆ ਜਦੋਂ ਹੀ ਉਸਨੇ ਆਪਣਾ ਹੱਥ ਬਾਹਰ ਨੂੰ ਖਿੱਚਿਆ ਤਾਂ ਅਚਾਨਕ ਉਸ ਬਾਕਸ ਦੇ ਵਿੱਚੋਂ ਇੱਕ ਸੱਪ ਬਹੁਤ ਹੀ ਤੇਜ਼ੀ ਦੇ ਨਾਲ ਬਾਹਰ ਨਿਕਲਿਆ ਜਿਸ ਨੂੰ ਦੇਖ ਕੇ ਉਹ ਆਦਮੀ ਬਹੁਤ ਹੀ ਜ਼ਿਆਦਾ ਡਰ ਗਿਆ ਤੇ ਕਬਰਾ ਗਿਆ ਅਤੇ बेहोश ਹੋ ਕੇ ਜ਼ਮੀਨ ਤੇ ਡਿੱਗ ਪਿਆ ਉਸ ਤੋਂ ਬਾਅਦ ਉਹ ਸੱਪ ਕਿੱਥੇ ਗਿਆ ਜਾਂ ਉਹਨਾਂ ਦੇ ਘਰ ਦੇ ਕਿਸੇ ਬੈੱਡਰੂਮ ਦੇ ਵਿੱਚ ਦਾਖਲ ਹੋ ਗਿਆ ਜਾਂ ਕਿਸੇ ਬੈੱਡ ਦੇ ਥੱਲੇ ਚਲਾ ਗਿਆ ਇਸ ਤੇ ਬਾਰੇ ਵਿੱਚ ਕਿਸੇ ਨੂੰ ਕੁਝ ਵੀ ਪਤਾ ਨਾ ਚੱਲਿਆ ਅਤੇ ਇਹ ਵੀ ਹੋ ਸਕਦਾ ਹੈ ਕਿ ਉਸ ਸੱਪ ਨੇ ਉਸ ਆਦਮੀ ਦੇ ਡੰਗ ਮਾਰ ਦਿੱਤਾ ਹੋਵੇ ਜਿਸ ਦੇ ਕਰਕੇ ਉਹ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਗਿਆ ਹੋਵੇ ਕੁਝ ਸਮੇਂ ਬਾਅਦ ਜਦੋਂ ਘਰ ਦੇ ਮੈਂਬਰ ਘਰ ਵਿੱਚ ਆਏ ਤਾਂ ਆਪਣੇ ਘਰ ਦੇ ਮੈਂਬਰ ਨੂੰ ਜ਼ਮੀਨ ਤੇ ਡਿੱਗਾ ਦੇਖ ਕੇ ਸਾਰੇ ਬਹੁਤ ਹੀ ਜ਼ਿਆਦਾ ਘਬਰਾ ਗਏ ਉਸ ਨੂੰ ਹੋਸ਼ ਵਿੱਚ ਲਿਆਉਣ ਦੇ ਲਈ ਉਹਨਾਂ ਨੇ ਉਸ ਦੇ ਮੂੰਹ ਤੇ ਪਾਣੀ ਛਿੜਕਿਆ ਤਾਂ ਉੱਠ ਕੇ ਉਹ ਅਚਾਨਕ ਇਹ ਕਹਿਣ ਲੱਗ ਪਿਆ ਕਿ ਉਹ ਸੱਪ ਕਿੱਥੇ ਗਿਆ ਹੈ ਸੱਪ ਦਾ ਨਾਮ ਸੁਣ ਕੇ ਸਾਰੇ ਘਰ ਵਾਲੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਏ ਅਤੇ ਘਬਰਾ ਗਏ ਇਸ ਤੋਂ ਬਾਅਦ ਉਹਨਾਂ ਨੇ ਕਿਸੇ ਨੂੰ ਬੁਲਾਇਆ ਅਤੇ ਉਸ ਸੱਪ ਨੂੰ ਆਪਣੇ ਘਰ ਵਿੱਚੋਂ ਕਢਵਾਇਆ ਉਸ ਤੋਂ ਬਾਅਦ ਉਸ ਬੰਦੇ ਨੇ ਇਹ ਕਸਮ ਖਾ ਲਈ ਕਿ ਅੱਜ ਤੋਂ ਬਾਅਦ ਉਹ ਕਿਸੇ ਵੀ ਕੰਪਨੀ ਦੇ ਨਾਲ ਕੰਟੈਕਟ ਕਰਕੇ ਆਨਲਾਈਨ ਚੀਜ਼ ਨਹੀਂ ਮੰਗਵਾਏਗਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਉਸ ਨੇ ਇਹ ਹੀ ਕਰਨ ਦੇ ਲਈ ਕਿਹਾ ਕਿ ਅੱਜ ਤੋਂ ਬਾਅਦ ਕੋਈ ਵੀ ਆਨਲਾਈਨ ਚੀਜ਼ ਆਰਡਰ ਨਹੀਂ ਕਰੇਗਾ ਸਾਡੀਆਂ ਅਜਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ